ਅੱਜ ਕੱਲ੍ਹ ਛਾਤਰ ਠੱਗ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੇ ਨਿੱਤ ਨਵੇਂ ਹੱਥਕੰਡੇ ਅਪਣਾਉਂਦੇ ਨੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਤੋਂ, ਜਿੱਥੇ ਵਟਸਐਪ ਗਰੁੱਪ ਰਾਹੀਂ ਟ੍ਰੇਡਿੰਗ ਸਿਖਾਉਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਕੋਲੋਂ 75 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਜਾਣਕਾਰੀ ਦਿੰਦਿਆਂ SSP ਬਰਨਾਲਾ ਸੰਦੀਪ ਮਲਿਕ ਨੇ ਦੱਸਿਆ ਕਿ ਥਾਣਾ ਸਿਟੀ 1 ਬਰਨਾਲਾ ਵਿਖੇ ਅਮਨਦੀਪ ਪਾਲ ਪੁੱਤਰ ਅੰਮ੍ਰਿਤਪਾਲ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਇਆ ਹੈ ਕਿ December 2023 ਵਿੱਚ ਉਸਨੇ ਫੇਸਬੁੱਕ ਰਾਹੀਂ ਟ੍ਰੇਡਿੰਗ ਸਕੀਮ ਵਟਸਐਪ ਗਰੁੱਪ ਜੁਆਇਨ ਕੀਤਾ ਸੀ, ਜਿਸ ਵਿੱਚ ਔਨਲਾਈਨ ਟ੍ਰੇਡਿੰਗ ਕਰਨੀ ਸਿਖਾਈ ਜਾਂਦੀ ਹੈ। ਉਸਨੇ ਅੱਗੇ ਦੱਸਿਆ ਕਿ 30-40 ਦਿਨਾਂ ਬਾਅਦ ਗਰੁੱਪ ਵਾਲਿਆਂ ਨੇ ਇੱਕ ਰਿਟੇਲ ਦੀ ਐਪ ਡਾਊਨਲੋਡ ਕਰਵਾਈ, ਜਿਸ ਵਿੱਚ ਇੰਸਟੀਟਿਊਸ਼ਨਲ ਟ੍ਰੇਡਿੰਗ ਕਰਨ ਲਈ ਕਿਹਾ ਗਿਆ, ਜਿਸ ਵਿੱਚ ਉਹਨਾਂ ਉਸ ਕੋਲੋਂ ਵੱਖ-ਵੱਖ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਲਏ। ਇਸ ਤੋਂ ਕੁਝ ਦਿਨਾਂ ਬਾਅਦ ਜਦੋਂ ਉਸਨੇ ਆਪਣੀ ਬਣਦੀ ਰਕਮ ਵਾਪਸ ਮੰਗੀ ਤਾਂ ਉਹਨਾਂ ਨੇ ਅਮਨਦੀਪ ਕੋਲੋਂ ਹੋਰ ਪੈਸਿਆਂ ਦੀ ਮੰਗ ਕੀਤੀ। ਹੁਣ ਤੱਕ ਉਸਨੇ 75 ਲੱਖ ਰੁਪਏ ਉਹਨਾਂ ਦੇ ਵੱਖ-ਵੱਖ ਖਾਤਿਆਂ 'ਚ ਭੇਜ ਦਿੱਤੇ। ਹੁਣ ਜਦੋਂ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ ਤਾਂ ਅਮਨਦੀਪ ਨੇ ਪੁਲਿਸ ਕੋਲ ਪਹੁੰਚ ਕੇ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ।